आसा महला पंजवा पंच पदा। पंच पदा दे थले छोटा जिहा एका लग्या होया, इहदा मतलब इह पंच पदे दा इक्को ही शब्द है बस। आसा महला पंजवा, पंजवें पातशाह फरमाउंदे आसा राग दे विच। सो जमदे रस्ते विच संत जांदे हन कि नहीं उत्तर दिंदिया फरमाउंदे ने, जे पैंड लूटी पनहारी सो मार्ग संतन दूरारी। जिस जम रस्ते विच पदार्थ सकाम रूप कर्मा रूपी जल दे भरन वाली जीव रूपी स्त्री लुटी जांदी है, सो मार्ग जिहड़ा ना उस जम रस्ता जिहड़ा संतां तों दूर ही रह जांदा। जिस रस्ते उत्ते पदार्थां जां सकाम कर्म रूपी जल दे भरन वाली जीव रूपी स्त्री लुटी जांदी है, लुटी आ जांदी है। कर्म धर्म पाखंड जो दिसै तिन जम जागाते लुटै। जदों इत्थों जीव पुन करके बहुत पुन्ना दीआं पंडां भावें बन के लै जावे, रस्ते दे जदों उहनूं प्यास लगदी, कहिंदे पाणी दी प्यास, पाणी दे बदले जमदूत इक पुन छड़ा लैंदे ने, रोटी दे बदले फिर इक पुन छड़ा लैंदे ने। ਉਹ ਜਦੋਂ ਤੱਕ ਉੱਥੇ ਪਹੁੰਚਦਾ ਉਦੋਂ ਤੱਕ ਕਿੰਨੇ ਹੀ ਪੁੰਨੇ ਦੇ ਖਤਮ ਹੋ ਜਾਂਦੇ ਨੇ। ਕਹਿੰਦੇ ਪਰ ਨਾਮ ਜਪਣ ਵਾਲਿਆਂ ਨੂੰ ਇਹ ਜਿਹੜਾ ਰਸਤਾ ਦੂਰ ਹੀ ਹੈ। ਨਾਮ ਜਪਣ ਵਾਲੇ ਨੂੰ ਰਾਹ ਚ ਨਹੀਂ ਕੋਈ ਲੁੱਟ ਸਕਦਾ, ਨਾਮ ਜਪਣ ਵਾਲੇ ਨੂੰ ਸਭ ਕੁਛ ਮਿਲ ਜਾਂਦਾ। ਸਤਿਗੁਰ ਪੂਰੈ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮਕਾ ਮਾਰਗ ਦੂਰ ਰਹਿਆ ਰਹਾਉ। ਪੂਰੇ ਸਤਿਗੁਰਾਂ ਨੇ ਸੱਚ ਕਿਹਾ ਕਿ ਪਰਮੇਸ਼ਰ ਜਿਹੜੇ ਇਨਸਾਨ ਤੇਰੇ ਨਾਮ ਦੀ ਬੀਥੀ ਹੁੰਦੀ ਗਲੀ ਵਿੱਚ ਵੜਿਆ, ਜਿਹੜਾ ਵੀ ਉਹ ਮੁਕਤ ਹੋ ਗਿਆ, ਉਸ ਪਾਸੋਂ ਜਮਾਂ ਦਾ ਰਾਹ ਦੂਰ ਰਿਹਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੈ ਲਾਲਚ ਜਾਗਾਤੀ ਘਾਟ, ਦੂਰ ਰਹੇ ਉਹ ਜਨਤੇ ਬਾਟ। ਸੋ ਜਿਸ ਘਾਟ ਤੋਂ ਭਾਵ ਵੈਤਰਨੀ ਨਦੀ ਉੱਤੇ ਜਮ ਰੂਪੀ ਜਾਗਾਤੀ ਮਸੂਲੀਏ ਬੜੇ ਲਾਲਚੀ ਨੇ, ਉਹ ਵੈਤਰਨੀ ਨਦੀ ਦੀ ਬਾਟ ਗੁਰਮੁਖ ਜਨਾਂ ਤੋਂ ਦੂਰ ਹੀ ਰਹੀ ਹੈ। ਜਹ ਆਵਟੇ ਬਹੁਤ ਕੰਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ। ਸੋ ਜਿਸ ਜਮ ਰਸਤੇ ਵਿੱਚ ਬਹੁਤੇ ਸ਼ਕਾਮ ਕਰਮਾਂ ਦੇ ਕਰਨ ਵਾਲੇ ਪੁਰਸ਼ ਕੰਨ ਸਾਥ, ਕੰਨ ਹੁੰਦੇ ਨੇ ਬਹੁਤੇ ਸਾਥਾਂ ਦੇ ਸਾਥ ਹੀ ਆਵਟੇ, ਆਵਟੇ ਹੁੰਦੇ ਤਪਾਏ ਜਾਂਦੇ, ਦੁਖੀ ਕੀਤੇ ਜਾਂਦੇ ਆ। ਸੋ ਆਵਟਣ ਆਪੇ ਖਵੈ ਦੁੱਧ ਕੋ ਖਪਣਾ ਦੇ, ਪਾਣੀ ਸੋ ਦੁੱਧ ਉਬਾਲਦੇ ਆ, ਦੁੱਧ ਨੂੰ ਜਿਹੜੇ ਉਬਾਲੇ ਜੇ ਆਉਂਦੇ ਨੇ ਇਹਨੂੰ ਆਵਟਣ ਵੀ ਕਹਿੰਦੇ ਨੇ। ਇਸ ਪ੍ਰਕਾਰ ਕਹਿੰਦੇ ਇਹਨਾਂ ਨੂੰ ਚੰਗੀ ਤਰ੍ਹਾਂ ਉੱਥੇ ਤਪਾਇਆ ਜਾਂਦਾ ਬੰਦਿਆਂ ਨੂੰ। ਸੋ ਲੁੱਟੀ ਦੇ ਹਨ ਉਹ ਰਸਤੇ ਚ ਗੁਰਮੁਖ ਨਹੀਂ ਜਾਂਦੇ, ਕਿਉਂਕਿ ਸਾਧ ਹੁੰਦਾ ਸ੍ਰੇਸ਼ਟ। ਸੋ ਸ੍ਰੇਸ਼ਟ ਗੁਰਮੁਖ ਪਾਰਮਨਮ ਦੇ ਸੰਗੀ ਹੋਣ ਕਰਕੇ ਉਸ ਰਸਤੇ ਉੱਤੇ ਲਿਜਾਏ ਨਹੀਂ ਜਾਂਦੇ। ਇਹ ਸਰੀਰ ਦੇ ਛੱਡਣ ਤੋਂ ਬਾਅਦ ਪਰਲੋਕ ਦੀਆਂ ਗੱਲਾਂ ਨੂੰ ਮਨੁੱਖ ਨਹੀਂ ਜਾਣ ਸਕਦਾ, ਸਤਿਗੁਰੂ ਦੱਸਦੇ ਨੇ, ਕਿਉਂਕਿ ਸਤਿਗੁਰੂ ਲੋਕ ਪਰਲੋਕ ਦੇ ਮਾਲਕ ਨੇ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕਉ ਦ੍ਰਿਸ਼ਟ ਨਾ ਪੇਖਾ। ਜਿਹੜੇ ਚਿੱਤਰਗੁਪਤ ਸਾਰੇ ਜੀਵਾਂ ਦਾ ਲੇਖਾ ਲਿਖਦੇ ਆ, ਉਹ ਪਰਮੇਸ਼ਰ ਦੇ ਭਗਤ ਜਿਨ੍ਹਾਂ ਨੂੰ ਦ੍ਰਿਸ਼ਟੀ ਭਰ ਕੇ ਦੇਖਦੇ ਤੱਕ ਨਹੀਂ, ਉਦਾਂ ਨਹੀਂ ਕਹਿੰਦੇ ਜਾਣਾ ਉਹਨਾਂ ਦਾ ਲੇਖਾ ਲਿਖਣਾ ਹੀ ਨਹੀਂ ਅਸੀਂ, ਕਿਉਂਕਿ ਉਹ ਨਾਮ ਜਪਦੇ ਨੇ। ਨਾਮ ਜਪਣ ਵਾਲਿਆਂ ਦਾ ਕਾਹਦਾ ਲੇਖਾ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਵਾਜੈ ਤਾ ਕਹਿ ਅਨਹਦ ਤੂਰਾ। ਮਹਾਰਾਜ ਕਥਨ ਕਰਦੇ ਨੇ ਜਿਹਨੂੰ ਪੂਰਾ ਸਤਿਗੁਰੂ ਮਿਲਿਆ ਨਾ, ਉਸਦੇ ਅਨਹਦ ਹੁੰਦਾ ਇੱਕ ਰਸ ਜਸ ਰੂਪੀ ਤੂਰਾ ਜਿਹੜੇ ਆ ਉਹ ਵਾਜੇ ਵੱਜੇ ਨੇ, ਜਸ ਹੋ ਗਿਆ ਦੁਨੀਆਂ ਚ, ਦਸ ਫੈਲ ਗਿਆ। ਆਸਾ ਮਹੱਲਾ ਪੰਜਵਾ, ਦੋ ਪਦਾ ਇੱਕ। ਇੱਥੇ ਦੋ ਪਦਾ ਪਹਿਲਾਂ ਨਹੀਂ ਕਹਿਣਾ, ਕਿਉਂਕਿ ਪਾਠ ਕਈ ਗਲਤ ਕਹਿ। ਦੋ ਪਦਾ ਇੱਕ, ਇਹ ਪਹਿਲਾਂ ਆਇਆ ਸੀ ਪੰਜ ਪਦੇ ਦੇ ਥੱਲੇ ਛੋਟਾ ਜਿਹਾ ਏਕਾ ਲੱਗਿਆ ਹੋਇਆ ਸੀ, ਉਹਦਾ ਮਤਲਬ ਸੀ ਇੱਕ ਸ਼ਬਦ ਆਊਗਾ। ਦੋ ਪਦਾ ਦੇ ਸਾਹਮਣੇ ਹੀ ਵੱਡਾ ਏਕਾ ਲਾਇਆ, ਦੋ ਪਦਾ ਇੱਕ। ਇਹ ਦੋ ਪਦੇ ਦਾ ਇੱਕ ਸ਼ਬਦ ਦੋ ਪੌੜੀਆਂ ਦਾ ਹੋਵੇਗਾ। ਮਹਾਰਾਜ ਫਰਮਾਉਂਦੇ ਹਨ, ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਜਿਸ ਵੇਲੇ ਸੰਤਾਂ ਦੇ ਸੰਗ ਨੇ ਮੈਨੂੰ ਨਾਮ ਜਪਣਾ ਸਿਖਾਇਆ, ਤਾਂ ਮਨ ਦੇ ਸਾਰੇ ਸੰਕਲਪ ਪੂਰਨ ਹੋ ਕੇ ਦੁਨੀਆਂ ਦੇ ਸਾਰੇ ਕੰਮ ਮੇਰੇ ਪੂਰੇ ਹੋ ਗਏ। ਜਿਨ੍ਹਾਂ ਕੰਮਾਂ ਲਈ ਲੋਕ ਭੱਜੇ ਫਿਰਦੇ ਨੇ, ਕੋਈ ਟਿਕ ਕੇ ਨਹੀਂ ਬਹਿ ਸਕਦਾ ਦੋ ਮਿੰਟ ਵੀ, ਉਹ ਮੇਰਾ ਕੰਮ ਰਹਿ ਗਿਆ, ਉਹ ਮੇਰਾ ਕੰਮ ਰਹਿ ਗਿਆ। ਗੁਰਮੁਖਾਂ ਦੇ ਉਹ ਕੰਮ ਬੈਠੇ ਹੀ ਹੋ ਜਾਂਦੇ ਨੇ, ਕਿਉਂ ਨਾਮ ਨੇ ਉਹ ਸਾਰੇ ਕੰਮ ਬੈਠੇ ਹੀ ਬਣਾ ਤੇ। ਫਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੇ, ਜਪ ਜਪ ਜੀਵਾਂ ਸਾ ਰਿੰਗ ਪਾਨੇ। ਤ੍ਰਿਸ਼ਨਾ ਰੂਪੀ ਹੁਣ ਮੇਰੀ ਅੱਗ ਹੀ ਬੁਝ ਗਈ ਹੈ, ਇੰਨੀ ਜ਼ਿਆਦਾ ਹੁਣ ਲਾਲਸਾ ਲਿਪਸਾ ਨਹੀਂ ਵੀ ਉਹ ਖਾ ਲਵਾਂ, ਉਹ ਲੈ ਲਵਾਂ, ਉਹ ਨਹੀਂ ਮਿਲਿਆ, ਟਿਕ ਕੇ ਬੈਠੇ ਆਰਾਮ ਨਾਲ। ਜਿੰਨੀ ਕੁ ਲੋੜ ਆ ਉਨਾ ਕੁ ਕਮਾਇਆ, ਜਿਹੜਾ ਐਵੇਂ ਵਾਧੂ ਕਮਾ ਕਮਾ ਜਮ੍ਹਾਂ ਕਰੀ ਜਾਣਾ ਉਹਦਾ ਲਾਭ ਨਹੀਂ ਹੈ। ਅਤੇ ਹਰੀ ਜਸ ਕਰਕੇ ਮੈਂ ਤ੍ਰਿਪਤ ਹੋ ਗਿਆ, ਮੇਰਾ ਅੰਦਰ ਵੈਸੇ ਹੀ ਸ਼ਾਂਤ ਹੋ ਗਿਆ।
सारी पाने हों परमेश्वर के जप न जप के मैं ज्यौदा भाई करन करावन सरन भरिया। जिस वेले करन कराउन वाले वाहिगुरु की मैं शरण में जाके पै गया लम्मा बेनती की डंडौत बंदने अनक बार सर्व कला समर्थ डोलन ते राखो प्रभु नानक दे कर हथ। फिरत फिरत प्रभ आया परिया तो सरनाए नानक की प्रभ बेनती अपनी भगती लाए। गुरप्रसाद सहज कर पाया मिटिया अंधेरा चंद चढ़िया रहाओ। ता गुरां दी कृपा नाल शांति घर नूं प्राप्त कर लिया। कहिंदे शांति घर किवें आया? सहज घर। सहज घर मतलब शांति दा घर। ज्ञान रूप चंद्रमा दे चढ़न करके अज्ञान रूप नेरा मेरा मिट गया। मिटिया अंधेरा अज्ञान दा ते चंद चढ़िया किहड़ा ज्ञान दा। फिर सूरज क्यों नहीं कहा? कहिंदे सूरज च तपश हुंदी तां प्रमाण नहीं दिता। चंद्रमा शांत हुंदा इस करके विश्राम दे के फरमाउंदे ने 394 अंग ते लाल जवेहर भरे भंडार तोट न आवै जप निरंकार। लाल हुंदा प्रेम ते जवेहर हुंदा ज्ञान। ए प्रेम ते ज्ञान आदिक शुभ गुणा दे जिहड़े भंडार है ना अंतःकरण विच भरे पए ने हिरदे दे अंदर। इस प्रकार तोट न आवै जप निरंकार। निरंकार दे जपण करके किसी वस्तु का घाटा नहीं आउंदा। अमृत शब्द पीवै जन कोए नानक ताकि परमगत होए। जेड़ा कोई इंसान गुरां दे उपदेश द्वारा नाम अमृत नूं पींदा महाराज कथन करदे ने उह पुरश दी परमगत हुंदी कैवल मुक्ति मिलदी। मुक्तियां वैसे चार ने पर चारां नालों भी श्रोमणी मुक्ति कैवल मुक्ति उह हुंदी जिवें पानी संग पानी मिल जांदा है। क्यों? जीव परमात्मा विच लीन होकर सदीव काल ही चलिया जांदा परमात्मा दे विच ही। आसा कर सतमा महला पंजवा हर का नाम हृदय नित त्याई संगी साथी सगल तराई। कहने हे हरि आप दा नाम है नितरपति हृदय ते होना जी अते अपने नाल दे सारे साथियों भी तारना। जो मेरे संगी हैं अगों उन्हां दे साथी ने उन्हां सारे भी तारना क्योंकि नाम जपण करके कुलां दा ही उधार हो जाता संगियां साथियों का। इउं प्रतीत मंच करना गुर मेरा संग सदा है नाले सिमर सिमर तिस सदा संभाले रहाओ। गुरु रामदास जी महाराज मेरे अंग संग ने ते हमेशा ही नाल होके सहायता करते ने। फिर उन्हां श्री गुरु रामदास साहिब महाराज नूं मन द्वारे सिमर के बाणी द्वारा सिमर के तन करके मैं संभालदा याद करदा विश्राम दे के कहिंदे ने तेरा की आ मीठा लागै हर नाम पदार्थ नानक मांगै। आप जी का हुक्म किया हुआ मैनू मिठा लग रहा है। महाराज कथन करते मैं दास केवल नाम पदार्थ ही मंगदा मैनू नाम दी समझ है। जिवें आम बंदे नू माया दी समझ है कि रुपये खुले होण बस कहिंदे बाकी सब कुछ आपे खरीद लूंगा। रुपइयां नाल दुनिया च बंदा सब चीजा खरीद सकदा नू पता कि जे करोड़ा रुपये होण मैं सब कुछ खरीद लूंगा। पर जिन्हों नाम दी समझ पै जावे ਉਹਨੂੰ ਫਿਰ ਪਤਾ ਲੱਗ ਜਾਂਦਾ ਕਿ ਰੁਪਈਆਂ ਨਾਲ ਸਾਰੀਆਂ ਚੀਜ਼ਾਂ ਨਹੀਂ ਖਰੀਦ ਸਕਦੇ। ਸਵਾਸ ਕਿੱਥੋਂ ਖਰੀਦਣੇ? ਰੁਪਈਏ ਤਾਂ ਬਥੇਰੇ ਲੋਕਾਂ ਕੋਲ ਬਿਮਾਰੀ ਨਹੀਂ ਹਟਦੀ। ਨਾਮ ਬਿਮਾਰੀ ਵੀ ਹਟਾ ਦਿੰਦਾ ਨਾਮ ਸਵਾਸ ਵੀ ਹੋਰ ਵਧਾ ਸਕਦਾ ਉਮਰ ਵੀ ਵਧਾ ਦਿੰਦਾ। ਨਾਮ ਨੇ ਤਾਂ ਬਹੁਤ ਕੁਛ ਇਹੋ ਜਿਹਾ ਦੇਣਾ ਰੁਪਈਆਂ ਨੇ ਨਹੀਂ ਦੇਣਾ। ਸ਼ਾਂਤੀ ਕਿਤੇ ਰੁਪਈਆਂ ਚ ਹੈ ਸ਼ਾਂਤੀ ਨਾਮ ਵਿੱਚ ਹੈ। ਕਰੋੜਾਂ ਅਰਬਾਂ ਡਾਲਰਾਂ ਵਾਲੇ ਜਿਹੜੇ ਤੜਫਦੇ ਫਿਰਦੇ ਨੇ ਪਰ ਜਿਹੜੇ ਗਰੀਬ ਕੋਲ ਨਾਮ ਹੈ ਉਹ ਐਨ ਠੰਡਾ ਠਾਰ ਹੋ ਕੇ ਬੈਠਾ। ਇਸ ਕਰਕੇ ਨਾਮ ਪੈਸਿਆਂ ਤੋਂ ਵੀ ਮਾਇਆ ਤੋਂ ਵੀ ਸੋਨੇ ਚਾਂਦੀ ਹੀਰੇ ਮੋਤੀਆਂ ਤੋਂ ਵੀ ਉੱਪਰ ਨਾਮ ਹੈ। ਆਸਾ ਮਹੱਲਾ ਪੰਜਵਾ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੈ ਆਧਾਰ। ਸੰਤਾਂ ਦੀ ਸਤਸੰਗਤ ਕਰਕੇ ਜਿਹਨੇ ਹਰੀ ਦੇ ਨਾਮ ਦਾ ਆਸਰਾ ਮਨ ਚ ਫੜਿਆ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ। ਚਰਨ ਕਮਲ ਗੁਰਦੇਵ ਪਿਆਰੇ ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਓ। ਹਰੀ ਦੀ ਪ੍ਰੀਤੀ ਵਿੱਚ ਪਿਆਰ ਕਰਨ ਵਾਲੇ ਜੋ ਸੰਤ ਨੇ ਉਹ ਪਿਆਰੇ ਗੁਰਦੇਵਾਂ ਦੇ ਚਰਨ ਕਮਲਾਂ ਨੂੰ ਪੂਜਦੇ ਨੇ ਹਮੇਸ਼ਾ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਜਾ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਫਿਰ ਸੁਹਾਗ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਬਈ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗਾਂ ਦੇ ਲੇਖ ਲਿਖੇ ਹੁੰਦੇ ਨੇ ਚੰਗੇ ਪਿਛਲੇ ਵੀ ਕੋਈ ਕਰਮ ਹੁੰਦੇ ਤਾਂ ਹੀ ਉਹ ਲੇਖ ਬਣਦੇ ਆ। ਫਿਰ ਉਹਨਾਂ ਭਾਗਾਂ ਵਾਲਿਆਂ ਉੱਤੇ ਕਿਰਪਾ ਹੁੰਦੀ ਹੈ ਉਹਦਾ ਸੁਹਾਗ ਅਚਲ ਹੋ ਜਾਂਦਾ।
ਸਦਾ ਵਾਸਤੇ ਪਤੀ ਪਰਮੇਸ਼ਰ ਚ ਲੀਨ ਹੋ ਜਾਂਦਾ। ਆਸਾ ਮਹੱਲਾ ਪੰਜਵਾ। ਹੁਣ ਉੱਤਮ ਜਗਿਆਸੂ ਰੂਪੀ ਸਖੀ ਆਪਣੀ ਵਿਵਸਥਾ ਸੁਣਾਉਂਦੀ ਹੈ। ਉੱਤਮ ਜਗਿਆਸੂ, ਮੱਧਮ ਜਗਿਆਸੂ, ਕਨਿਸ਼ਠ ਜਗਿਆਸੂ ਤਿੰਨ ਪ੍ਰਕਾਰ ਦੇ ਹੁੰਦੇ ਨੇ। ਪਾਮਰ ਤਾਂ ਫਿਰ ਹੁੰਦਾ ਹੀ ਨਾਸਤਕ ਹੈ। ਸੋ ਉੱਤਮ ਜਿਹੜੇ ਨੇ ਮਹਾਂਪੁਰਖ ਜਗਿਆਸੂ, ਜਿਨ੍ਹਾਂ ਨੂੰ ਇੱਕ ਵਾਰ ਕਹਿ ਦਈਏ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਉਹਨੇ ਦੂਜੀ ਗੱਲ ਨਹੀਂ ਕਰਨੀ, ਬਸ ਉਹ ਹੁੰਦੇ ਉੱਤਮ। ਜੇ ਕਿਸੇ ਨੂੰ ਕਹੀਏ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਕਹਿੰਦੇ ਵੀ ਮਨ ਨਹੀਂ ਟਿਕਦਾ, ਐ ਨਹੀਂ ਹੁੰਦਾ, 200 ਗੱਲਾਂ ਬਣਾਉਂਦਾ, ਮਸਾਂ ਬਿਠਾਈਦਾ ਉਹਨੂੰ। ਤੀਜਾ ਜਿਹੜਾ ਹੁੰਦਾ ਕਨਿਸ਼ਠ, ਕਹਿੰਦੇ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਕਹਿੰਦਾ ਕੋਈ ਨਹੀਂ ਫੇਰ ਦੇਖਾਂਗੇ, ਕਰ ਵੀ ਲਵਾਂਗੇ ਫੇਰ ਵੀ ਕਰ ਕੁਰ ਲੈਂਦਾ ਮਾੜਾ ਮਾੜਾ। ਚੌਥਾ ਤਾਂ ਕਹਿੰਦਾ ਵਾਹਿਗੁਰੂ ਕਿਹਾ ਕਿਹੜਾ ਕੋਈ ਮਿਲਣਾ, ਉਹ ਤਾਂ ਉਹੀ ਦੌੜ ਜਾਂਦਾ। ਇੱਥੇ ਉੱਤਮ ਜਗਿਆਸੂ ਦੀ ਗੱਲ ਕਰਦੇ ਜਿਹੜਾ ਬਿਲਕੁਲ ਐਨ ਆਗਿਆਕਾਰੀ ਹੈ। ਮਿੱਠੀ ਆਗਿਆ ਪਿਰਕੀ ਲਾਗੀ, ਸੌਂਕਣ ਕਰਕੇ ਕੰਤ ਤਿਆਗੀ। ਜਿਸ ਵੇਲੇ ਪਤੀ ਪਰਮੇਸ਼ਰ ਦੀ ਆਗਿਆ ਮੰਨਣੀ ਮਿੱਠੀ ਲੱਗੀ ਤਾਂ ਪਤੀ ਪਰਮਾਤਮਾ ਨੇ ਮੇਰੇ ਘਰ ਦੀ ਜਿਹੜੀ ਸੌਂਕਣ ਸੀ, ਕਿਹੜੀ ਕਬੁੱਧੀ, ਉਹ ਕਬੁੱਧੀ ਤਿਆਗੀ, ਮੇਰੀ ਕਬੁੱਧੀ ਦੂਰ ਕਰ ਦਿੱਤੀ ਹੈ। ਮੈਨੂੰ ਪੁੱਠੀਆਂ ਪੱਟੀਆਂ ਅੰਦਰੇ ਅੰਦਰ ਪੜ੍ਹਾਉਂਦੀ ਰਹਿੰਦੀ ਸੀ, ਜਦੋਂ ਪਾਠ ਕਰਨ ਲੱਗਣਾ ਜਦੇ ਹੀ ਅੰਦਰੋਂ ਕੋਈ ਆਵਾਜ਼ ਆਉਣੀ, ਇਹਦਾ ਕੀ ਫਾਇਦਾ, ਰੱਬ ਨੇ ਕਿਹੜਾ ਮਿਲਣਾ, ਪਹਿਲਾਂ ਆਪਾਂ ਸਵਾਦ ਲੈ ਲਈਏ ਦੁਨੀਆਂ ਦੇ। ਜਿਉਂ ਅੰਦਰੋਂ ਕਮੱਤ ਨੇ ਮੈਨੂੰ ਪ੍ਰੇਰਨਾ ਸ਼ੁਰੂ ਕਰਨਾ, ਉਹ ਸ਼ੁਕਰ ਹੈ ਰੱਬ ਦਾ, ਇਹ ਕਮੱਤੀ ਮੇਰੀ ਦੂਰ ਹੋਈ। ਪ੍ਰਿਆ ਸੁਹਾਗਨ ਸੀ ਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਪਤੀ ਨੇ ਮੈਨੂੰ ਜਪ ਤਪ ਰੂਪੀ ਸ਼ਿੰਗਾਰ ਦੇ ਸਹਿਤ ਕਰਕੇ ਸੁਹਾਗਣ ਬਣਾ ਤਾ ਅਤੇ ਮੇਰੇ ਮਨ ਦੀ ਸਾਰੀ ਸੜਨ ਜਿਹੜੀ ਤਪਸ਼ੀ ਦੂਰ ਕਰ ਦਿੱਤੀ। ਭਲੋ ਭਇਓ ਪ੍ਰਿਆ ਕਹਿਆ ਮਾਨਿਆ, ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਓ। ਭਲੋ ਭਇਓ, ਚੰਗਾ ਹੋ ਗਿਆ ਭਾਈ, ਜਿਵੇਂ ਪਤੀ ਪਰਮਾਤਮਾ ਦਾ ਕਿਹਾ ਹੋਇਆ ਬਚਨ ਮੰਨ ਲਿਆ, ਵਾਹਿਗੁਰੂ ਦੇ ਹੁਕਮ ਮੰਨਣੇ ਕਰਕੇ ਇਸ ਘਰ ਦਾ ਮੈਂ ਅੰਦਰੋਂ ਅਚੁੱਤ ਸੁੱਖ ਪ੍ਰਾਪਤ ਕਰ ਲਿਆ। ਅਚੁੱਤ ਸੁੱਖ ਉਹ ਹੁੰਦਾ ਜਿਹੜਾ ਡਿੱਗੇ ਨਾ, ਖਤਮ ਨਾ ਹੋਵੇ ਕਦੇ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਓ ਬੰਦੀ ਪ੍ਰਿਆ ਖਿਜਮਤਦਾਰ, ਉਹ ਅਵਿਨਾਸ਼ੀ ਅਗਮੇ ਅਪਾਰ। ਮੈਂ ਤਾਂ ਹੁਣ ਬੰਦੀ ਬਣ ਗਈ, ਭਾਵ ਦਾਸੀ ਹੋ ਕੇ ਪਿਰੀ ਦੀ, ਪਤੀ ਦੀ ਖਿਜਮਤਦਾਰ ਸੇਵਾ ਕਰਨ ਵਾਲੀ ਆ। ਉਹ ਅਵਿਨਾਸ਼ੀ ਪਰਮਾਤਮਾ ਆਗਮ ਖੌਫ ਤੋਂ ਰਹਿਤ ਅਤੇ ਅਪਾਰ ਬੇਅੰਤ ਗੁਣਾ ਵਾਲਾ ਹੈ ਮੇਰਾ। ਕੀ ਸੇਵਾ ਕਰਦੇ ਹੋ? ਲੇ ਪੱਖਾ ਪ੍ਰਿਆ ਚੱਲੋ ਪਾਏ, ਭਾਗ ਗਏ ਪੰਚ ਦੂਤ ਲਾਵੇ। ਲੇ ਪੱਖਾ, ਪੱਖ ਲੈਣੇ ਰੂਪੀ ਪੱਖਾ ਲੈ ਕੇ ਪਤੀ ਨੂੰ ਝੱਲ ਪਾਉਂਦੀ ਆ। ਜਿਹੜੇ ਪੰਜ ਦੂਤ ਕਾਮ ਕ੍ਰੋਧ ਆਦਿ ਲਾਵੇ ਸੀ, ਲਾਈਆਂ ਦੇ ਕੰਮ ਕਰਨ ਵਾਲੇ ਲਾਵੇ ਹੁੰਦੇ ਨੇ, ਜਿਮੀਦਾਰ ਖੇਤੀ ਵੱਢਦਾ, ਉਹ ਜਿਨ੍ਹਾਂ ਨੂੰ ਕੰਮ ਤੇ ਲਿਆਉਣਾ ਮਜ਼ਦੂਰਾਂ ਨੂੰ ਦਾਤੀਆਂ ਫੜਾ ਕੇ, ਉਹ ਲਾਵੇ ਕਹਿੰਦੇ ਨੇ। ਕਹਿੰਦੇ ਇਹ ਕਾਮ ਕ੍ਰੋਧ ਹੁਣੀ ਲਾਵੇ ਹੋ ਕੇ ਮੈਨੂੰ ਹਮੇਸ਼ਾ ਵੱਢਦੇ ਟੁੱਕਦੇ ਰਹਿੰਦੇ ਸੀ। ਸੋ ਇਸ ਕਰਕੇ ਸ਼ੁਭ ਗੁਣਾਂ ਦੇ ਕੱਟਣ ਵਾਲੇ ਉਹ ਭੱਜ ਹੀ ਗਏ ਸਾਰੇ, ਜਦੋਂ ਮੈਂ ਪਤੀ ਪਰਮਾਤਮਾ ਵੱਲ ਪੱਖ ਕਰ ਲਿਆ ਆਪਣਾ। ਨਾ ਮੈਂ ਕੁਲ ਨਾ ਸੋਭਾਵੰਤ, ਕਿਆ ਜਾਨਾ ਕਿਉਂ ਭਾਮੀ ਕੰਤ। ਨਾ ਤਾਂ ਮੇਰੀ ਕੋਈ ਭਾਈ ਉੱਚੀ ਕੁਲ ਸੀ, ਨਾ ਹੀ ਮੈਂ ਕੋਈ ਸ਼ੋਭਾ ਵਾਲੀ ਸੀ, ਤਾਂ ਪਤਾ ਨਹੀਂ ਕੀ ਗੱਲ ਹੋ ਗਈ, ਉਹ ਪਤੀ ਪਰਮਾਤਮਾ ਨੂੰ ਕਿਵੇਂ ਮੈਂ ਭਾਮੀ ਤੋਂ ਭਾਵ ਪਾ ਗਈ। ਕੱਲ ਵੀ ਜਗਿਆਸੂ ਦਾ ਇਹ ਪ੍ਰਸ਼ਨ ਆਇਆ ਸੀ ਬ੍ਰਹਮ ਗਿਆਨੀ ਨੂੰ, ਤੁਸੀਂ ਕਿਵੇਂ ਰੱਬ ਨੂੰ ਚੰਗੇ ਲੱਗੇ, ਕੀ ਕੀਤਾ? ਉਹ ਕਹਿੰਦੇ ਕੁਛ ਨਹੀਂ ਚੰਗਾ, ਬਸ ਉਹਨੂੰ ਹੀ ਪਤਾ ਕੀ ਚੰਗਾ ਲੱਗਿਆ। ਮੈਂ ਤੇ ਬਥੇਰੇ ਕਰਮ ਕਰਦਾ ਸੀ, ਪਰ ਉਹਨੂੰ ਕੀ ਚੰਗਾ ਲੱਗਿਆ ਮੈਂ ਤਾਂ ਆਪ ਵੀ ਨਹੀਂ ਪੁੱਛਿਆ ਉਹਨਾਂ ਨੂੰ, ਵੀ ਮੈਨੂੰ ਕੀ ਮੇਰਾ ਕਿਹੜੀ ਚੀਜ਼ ਚੰਗੀ ਲੱਗੀ ਤੁਹਾਨੂੰ। ਸੋ ਜਿਵੇਂ ਭਗਤ ਫਰੀਦ ਜੀ ਸੰਗਲ ਪਾ ਕੇ ਗਿੱਟਿਆਂ ਨੂੰ ਪੁੱਠੇ ਲਟਕੇ ਹੋਏ ਸੀ ਖੂਹ ਵਿੱਚ, ਇੱਕ ਬੰਦਾ ਜਾਲੀ ਸੀ ਭੇਡਾਂ ਚਾਰਨ ਵਾਲਾ, ਕਹਿੰਦੇ ਤੁਸੀਂ ਭਗਤ ਜੀ ਇੱਥੇ ਲਟਕੇ ਹੋਏ ਹੋ? ਕਹਿੰਦੇ ਖੁਦਾ ਦੀ ਪ੍ਰਾਪਤੀ ਬਾਤ। ਕਹਿੰਦੇ ਖੁਦਾ ਇੱਦਾਂ ਮਿਲ ਜਾਂਦਾ? ਕਹਿੰਦੇ ਮਿਲ ਜਾਂਦਾ। ਉਹਨੇ ਉਸੇ ਵਕਤ ਵੇੜ ਜੇ ਵੱਟ ਕੇ ਸੁੱਕੇ ਘਾਹ ਦੇ ਉਹ ਲੱਤਾਂ ਨੂੰ ਬੰਨੇ, ਪੁੱਠਾ ਖੂਹ ਚ ਲਟਕ ਗਿਆ। ਹੁਣ ਉਹ ਟੁੱਟਣੇ ਹੀ ਸੀਗੇ, ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ, ਬਾਲਿਆ ਭਾਈ ਮਰਦਾਨਾ ਆਪਣੇ ਨਾਂ ਤੇ ਇੱਕ ਬੰਦਾ ਮਰਨ ਲੱਗਿਆ, ਖੂਹ ਚ ਡਿੱਗ ਪੈਣਾ ਉਹਨੇ, ਚੱਲ ਉੱਥੇ ਪਹੁੰਚ ਗਏ। ਅੰਤਰ ਧਿਆਨ ਹੋ ਕੇ ਇੱਕਦਮ ਪ੍ਰਗਟ ਹੋ ਗਏ। ਕਹਿੰਦੇ ਫੜ ਕੇ ਗਿੱਟਿਆਂ ਤੋਂ ਬਾਹਰ ਕੱਢੋ ਇਹਨੂੰ। ਉਹ ਕੱਢਣ ਲੱਗੇ, ਉਹ ਕਹਿੰਦੇ ਭਾਈ ਮੈਨੂੰ ਨਾ ਕੱਢੋ। ਕਹਿੰਦੇ ਕਿਉਂ? ਕਹਿੰਦੇ ਮੈਂ ਰੱਬ ਨੂੰ ਮਿਲਣਾ, ਮੈਂ ਲਟਕ ਰਿਹਾ ਪੁੱਠਾ ਇਸੇ ਕਰਕੇ। ਉਹ ਕਹਿੰਦੇ ਤੈਨੂੰ ਕਿਹਨੇ ਕਿਹਾ ਪੁੱਠਾ ਹੋ ਕੇ ਲਟਕੇ ਫਿਰ ਰੱਬ ਮਿਲਦਾ? ਕਹਿੰਦੇ ਉਹ ਨਾਲ ਦੇ ਪਰੇ ਖੂਹ ਦੇ ਵਿੱਚ ਇੱਕ ਬੰਦਾ ਪੁੱਠਾ ਲਟਕਿਆ ਕਈ ਸਾਲਾਂ ਤੋਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਤਾਂ ਵਿਸ਼ਵਾਸ ਨੇ, ਤਾਂ ਸੰਗਲ ਪਾ ਕੇ ਲਟਕਿਆ, ਤੈਨੂੰ ਵਿਸ਼ਵਾਸ ਸੀ ਤੂੰ ਘਾਹ ਪਾ ਕੇ ਲਟਕ ਗਿਆ। ਭਾਈ ਮਰਦਾਨਾ ਕਹਿੰਦੇ ਰੱਬ ਤਾਂ ਆ ਗਿਆ, ਮਿਲਣਾ ਫਿਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਪਤਾ ਵੀ ਮੈਂ ਭਾ ਕਿੱਦਾਂ ਗਿਆ, ਬਸ ਮੈਂ ਤਾਂ ਕਦੇ ਆਪ ਨਹੀਂ ਪੁੱਛਿਆ ਮੈਂ ਚੰਗਾ ਕਿਵੇਂ ਲੱਗਿਆ ਤੁਹਾਨੂੰ, ਮੇਰੇ 'ਚ ਤਾਂ ਕੋਈ ਗੁਣ ਵੀ ਨਹੀਂ ਸੀਗਾ। ਮਹਾਰਾਜ ਕਹਿੰਦੇ ਬਸ ਚੰਗਾ ਲੱਗਿਆ ਬਈ, ਮੈਨੂੰ ਲੱਗਿਆ, ਸਿੱਧੀ ਗੱਲ ਹੈ। ਮੋਹੇ ਅਨਾਥ ਗਰੀਬ ਨਿਮਾਨੀ, ਕੰਤ ਫਕਰ ਹਮਕੀਨੀ ਰਾਨੀ। ਮੈਂ ਮਨ ਬਾਣੀ ਸਰੀਰ ਕਰਕੇ ਅਨਾਥਣੀ, ਗਰੀਬਣੀ, ਨਿਮਾਣੀ ਸੀ, ਪਰ ਪਤੀ ਨੇ ਬਾਹੋਂ ਫੜ ਕੇ ਮੈਨੂੰ ਰਾਣੀ ਤੋਂ ਭਾਵ ਰਾਨੀ ਹੁੰਦਾ ਪ੍ਰਕਾਸ਼ਨ ਕਰ ਦਿੱਤਾ।
मेरी बुद्धि च यह जहा प्रकाश कर दिता कि वह वड्डा जो व्यापक प्रकाश सी समुंदर उहदे विच मेरी बूंद रूपी बुद्धि जाके मिलके उसे दा ही रूप हो गई है। जब मुख प्रीतम साजन लागा सुख सहज मेरा तन सोहागा। जो परमेश्वर प्रीतम इस लोक दा ते सज्जन है जो परलोक दा वो जिस वेले मेरे मुख लगा भाव सामने होया ता अचुत सुख दे सहत मेरा जिहड़ा सुहागा सी दा आनंद धनता योग हो गया। कहो नानक मोरी पूर्ण आसा सतगुर मेले प्रभ गुण दासा। और महाराज कथन करदे मेरी आसा पूर्ण हो गई धन सतगुरु सच्चे पातशाह जिन्हां ने गुणा दे खजाने वाहिगुरु नाल मैनू मिलाप करवाता है। आसा महला पंजवा माथा त्रिकुटी दृष्ट करूर बोले कौड़ा जेहबा की फूड। सो इस प्रकार पहला रहाउ दियां पंक्तियां तो यह शब्द लईए ऐसी स्त्री क राम उपाई उन सब जग खाया हम गुर राखे मेरे भाई रहाओ। ये माया की गल करते ने माथा त्रिकुटी दृष्ट करूर बोले कौड़ा जेहबा की फूड। जेदे मथे पर तिना गुणा रूपी त्रिकुटी त्यौड़ी पई रही हमेशा गुस्से च ही रही है जिहदी दृष्टि बड़ी क्रूर ते करड़ी है। सो जो सब नू दुखदायक ही बोलदी कौड़ा ही बोलदी है जेहबा की फूड बड़ी गपौड़न है। सदा भूखी पिर जाने दूर जो हमेशा भुखी रहिंदी क्योंकि पति परमात्मा नू दूर ही जानदी है। ऐसी स्त्री राम पाई उन सब जग खाया हम गुर राखे मेरे भाई रहाओ। सारे जगत दे उपाई हुंदा पैदा करन वाला जो राम परमेश्वर है उहदी इक स्त्री माया जही है उन्हें सारे जग नू लुट के खा लिया पर भाई मैनू सतगुरां ने उह तों हथ दे के बचाया। विश्राम दे के फरमाउंदे ने पाए ठगौली सब जग जो होया ब्रह्मा विष्ण महादेव मोहया। मोह रूपी ठग बूटी पा के जिन्हें सारे जगत नू जोया तो भाव तकिया ऐसी तकनी तकिया कि दुनिया उहदे वल ही मोहित हो गई। सारा जो जगत है उहनू हथ कर दिता होर की कहना जिन्हें वड्डियां वड्डियां नू छड्डिया नहीं ब्रह्मा विष्णु महादेव महादेव शिवजी नू लुभाए लिया कोई बचिया भी है सारिया नू अपने वल खिंच लिया ब्रह्मा विष्णु महादेव छलिया। ऐसी सपनी ते उपर नहीं बलिया भगत कबीर जी का भी शब्द है इस सपनी तो उत्ते होर कोई बली नहीं इन्हां दा वड्डिया वड्डिया ते अपना प्रभाव पा लिया। कहिंदे बचिया कौन गुरमुख नाम लगे से सोहिया। गुरां द्वारे जो गुरमुख नाम दे जाप विच लागे ना वह उस तो बच के सोभनीक हो रहे ताइयो शिवजी 88,000 वरा समाधि ला के बैठे रहिंदे ने इहदा प्रभाव ही ना पवे साडे ते। वरत नेम कर थाके पुनः चरना तट तीर्थ भवे सब धरना। वरतां वाले वरत रख के ते यम नेम वाले यम नेम नू करके पुनः चरना दा प्राश्चित करन वाले प्राश्चित कर्म करन वाले प्राश्चित नू करके सारे थक गए पर माया उन्हां तों भी दूर नहीं होई। तीर्थां दे किनारे रहण वालियां अते सब धरती पर भवे फिरन वालियां नू भी माया ने चंगी तरह काबू किया होया। फिर बचिया कौन से उभरे जे सतगुर की सरना। माया तो उही बंदे बचे जिहड़े सच्चे सतगुर की शरण विच पै जांदे ने। सच्चा सतगुर सतयुग दे विच भी होया सो इस प्रकार उन्हां समय विच उही होए ने। उदों नारद मुनि उपदेशिया नारद मुनि ने उपदेश दिता रामचंद्र जी नूं वशिष्ठ मुनि ने उपदेश दिता उदों सतगुरु उहो सी पर सच्चे सतगुरु गुरु नानक देव जी महाराज गुरमुख कल विच प्रगट होया मुखी गुरु कलयुग दे विच प्रगट होया। माया मोहे सबो जग बाधा ਹਉਮੈ ਪਚੈ ਮਨਮੁਖ ਮੂਰਾਖਾ। ਮੋਹ ਵਿੱਚ ਸਾਰੇ ਜਗਤ ਨੂੰ ਮਾਇਆ ਨੇ ਬੰਨਿਆ ਹੋਇਆ। ਮਨਮੁਖ ਜਿਹੜੇ ਮੂਰਖ ਹੰਗਤਾ ਮਮਤਾ ਵਿੱਚ ਪਚੀ ਹੋ ਰਹੇ ਨੇ ਪਚ ਰਹੇ ਨੇ ਸੜ ਰਹੇ ਨੇ। ਸੋ ਪਾਠ ਹੈਗਾ ਮੂਰਾਖਾ ਮੰਮੇ ਨੂੰ ਦਲੈਂਕੜੇ ਰਾਰੇ ਨੂੰ ਕੰਨਾ ਖੱਖੇ ਨੂੰ ਕੰਨਾ ਮੂਰਾਖਾ। ਮੂਰਾਖਾ ਦੀ ਜਿਹੜੀ ਜਗ੍ਹਾ ਮੂਰਖਾਧਾ ਵੀ ਪਾਠ ਹੁੰਦਾ। ਮਨਮੁਖ ਪੁਰਸ਼ ਮੂਰਖਤਾਈ ਦਾ ਖਾਧਾ ਹੋਇਆ ਹਉਮੈ ਵਿੱਚ ਪਚੈ ਤੋਂ ਭਾਵ ਖਰਾਬ ਹੀ ਹੋ ਰਿਹਾ। ਗੁਰੂ ਨਾਨਕ ਬਾਹਾਂ ਪਕੜ ਹਮਰਾ ਖਾ। ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬੁੱਧੀ ਰੂਪੀ ਬਾਂਹ ਤੋਂ ਫੜ ਕੇ ਮੈਨੂੰ ਬਚਾ ਲਿਆ ਅੰਦਰੋਂ ਬਾਂਹ ਫੜ ਲਈ ਮੇਰੀ। ਕਹਿੰਦੇ ਇਹਦੇ ਵੱਲ ਨਾ ਜਾਈ ਬਚ ਕੇ ਰਹੀ ਹੈ ਦੇਖਣ ਨੂੰ ਚੰਗੀ ਲੱਗਦੀ ਹੈ ਜਦੋਂ ਇਹਦੇ ਕਿਤੇ ਕੀੜੇ ਚੜ ਗਿਆ ਨੇ ਤੈਨੂੰ ਐਸੇ ਗੇੜੇ ਖਵਾਊਗੀ 84 ਲੱਖ ਦਾ ਗੇੜਾ ਮੂਹਰੇ ਖੜਾ ਕਰ ਦੂਗੀ ਬਚ ਕੇ ਰਹੀ ਹੈ ਤੂੰ। ਆਸਾ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਆਸਾ ਰਾਗ ਚ ਫਰਮਾਉਂਦੇ ਮਹਾਰਾਜ ਸਰਬ ਦੁੱਖ ਜਬ ਬਿਸਰੈ ਸਵਾਮੀ
इहा उहा काम न प्राणी। जब स्वामी का नाम विसर जावे ना तो सारे दुख चिंबड़ जाते आगे परमेश्वर से भुलिया व्यापन सभे रोग। तो फिर प्राणी इहा उहा लोक परलोक किसी काम जोगा नहीं, मनुखा देह निष्फली गवा के चलिया जाता। जिस काम लई शरीर मिलिया वह तो कोई वरतदा ही नहीं, उस काम लई होर पुठे कामां लई सारे लोग लगे फिरदे ने। संत त्रिपतासे हर हर त्याहे, संत जिहड़े हुंदे ने वाहिगुरु वाहिगुरु त्याग के पदार्थां वलों तृप्त होए ने। त्याए दे धद्दे दे थले अद्धा जइया लग्या होया, इस करके पाठी तां इहनूं पाठ ताए कर जांदे ने, ताए नहीं त्याए। पन्ना 395 ते महाराज फरमाउंदे अंग चाहीदा इहनूं, पोथियां वाले पन्ना लिखदे ने। सरूप होण करके गुरु साहबां दा प्रतख जोत होण करके अंग कहा जांदा। कर किरपा अपने नाए लाए, सर्ब सुख प्रभ तुमरी रजाए रहाओ। जिन्हां संतां नूं वाहिगुरु ने किरपा करके अपने नाम च लगा लिया, उन्हां संतां ने निश्चा हो गया कि वाहिगुरु तेरी आग्या मनन विच ही सारे सुख प्राप्त हुंदे ने। इह रहाओ दीआं तुकां ने रहाओ दा भाव विश्राम दे के फरमाउंदे ने। संग होवत कौ जानत दूर, सो जन मरता नित नित चूर। संघ होवत कौ जानत दूर, अंग संघ हुंदे अकाल पुरख नूं जिहड़े पुरश दूर जानदे ने, उह बंदा रोज झूर झूर के मरदा है। वाहिगुरु अंग संघ ही है, उह दिसण ना करके ऐं लगदा भी पता नहीं किथे किहड़ा हैगा, दिखदा नहीं, बस उहने इक खेड बनाई होई। जिन्हां दिखण लग जांदा उहनां नूं कोले प्रतीत हुंदा। जिन सब किश दिया तिस चितवत नाहे, महा बिखिया मैं दिन रैन जाहे। जिस परमेश्वर ने सारा कुछ दिता होया उन्हें तो कदे याद नहीं करता। महा बिखिया हुंदी माया, ते मां माया दे विच ही बहुता कमाउण विच रात दिन लंघ जांदा है। फिर सुरती बिरती भी, सुत्तियां भी, जागदियां भी, एक तक सूई उधर नूं ही रहिंदी है, जिवें कंपास हमेशा उत्तर दिशा नूं रहिंदी है, इहदी कंपास अंदरों बस उधर नूं ही रही। हाए माया, सुत्ते भी माया, जागदे माया। कहो नानक प्रभ सिमरहु एक, गत पाईऐ गुर पूरे टेक। महाराज कथन करदे ने एक प्रभु दा सिमरन करिया करो, पूरिया गुरां दे आसरे होण करके मुक्ति दी जीव नूं प्राप्ति हुंदी है। आसा महला पंजवा, नाम जपत मन तन सब हरिया, कलमल दोख सगल पर हरिया। वाहिगुरु वाहिगुरु नाम जपने करके, राम राम जपो, हरी गोबिंद राम अल्लाह गौड़ कुछ भी कहो, एको ही नौ नौ तो सारे उहदे वक्रे वक्रे आपो अपने हिसाब नाल रखे, पर पहुंचदे सब उत्थे ही ने। हरेक नाम जपन करके जिहदा प्यार हो जांदा परमेश्वर विच, कहे नाम जपने करके मेरा मान तन सब शुभ गुणा नाल ही हरिया होया पिया। नाम नाल ही मन हरा भरा हुंदा। कलमल दोख सगल पर हरिया, नाम दे प्रताप नाल कलमल जिहड़े पाप अते दोख है, दोख किहड़े हुंदे काम क्रोध आदि, इन्हां सारिआं नूं दूर कीता नाम जपन करके। सोई दिवस भला मेरे पाई, हर गुण गाहे परम गत पाई रहाओ। कहिंदे भाई उही दिन सब तो चंगा जिदन आपां हरी दे गुणां नूं गा गा के कैवल मुक्ति प्राप्त कीती रहाओ। विश्राम दे के फरमाउंदे ने, साध जना के पूजे पैर, मिटे उपद्रह मन ते बैर। जिस दिन दे संतां दे चरण पूजना कीते ने, उस दिन तो मन विचों वैर आदिक सब उपद्रव मिट गए ने। जो वैरी उपद्रव करदे सी वो मन तो सारे मिट गए, पाप भुल गए ने। किसे नाल वैर नहीं मेरा हुण, ना को मेरा दुश्मन रहा, ना हम किसके बैर आई। ब्रह्म पसार पसारो भीतर, सतगुर ते सोझी पाई, ना को बैरी ना है बेगाना। सगल संघ हम को बने आई, मैं जो देखा सारे तो तू आप ही बैठा, हुण की नाल वैर करा। भाई कन्हैया जी कहने मैं हुण किनू पानी पियावा, किनू ना, मैं तो तुसी देखदे हो सारे च। गुर पूरे मिल झगर चुकाया, पंच दूत सब बस गते आया। पूरिया गुरां नाल मिलके मैं जन्म जन्म का पहला झगड़ा चुकाया, दूर किया। महाराज ये बार बार जमना मरना ऐ जूना च पैना, ये चो मैनू कढ़ो। काम क्रोध आदिक पंजां दूतां का सारा समदाओ जिहड़ा सी साडे अधीन हो आया। जिस मन वसिया हर का नाम, नानक तेसी उपर कुरबान। जिहदे मन विच नाम का वासा हो गया, अभ्यास करदे 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 एक टक करी जाओ जदों वसदा तां सकिंट भी नहीं लगदा, एकदम हिरदे च नाम वस जांदा। महाराज कथन करदे असीं उस तों बलिहार कुरबान जाईए।